ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਕਣਕ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਪੂਰੇ ਕਰਨ ਦੇ ਦਾਅਵੇ ਕੀਤੇ ਗਏ, ਪਰੰਤੂ ਬੀਤੀ ਰਾਤ ਰੂਪਨਗਰ ਅਨਾਜ ਮੰਡੀ ਦੇ ਵਿੱਚ ਲਗਾਤਾਰ ਹੋਈ ਬਾਰਿਸ਼ ਦੇ ਵਿੱਚ ਸਾਰੀ ਰਾਤ ਪਾਣੀ ਦੇ ਵਿੱਚ ਭਿੱਜਦੀ ਰਹੀ ਕਣਕ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦੇਖ ਲਓ ਇਹ ਖਾਸ ਰਿਪੋਰਟ ਜੋ ਹੈ ਰੂਪਨਗਰ ਤੋਂ ਸਾਹਮਣੇ ਆ ਰਹੀ ਹੈ ਤੇ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਰੂਪਨਗਰ ਅਨਾਜ ਮੰਡੀ ਦੀਆਂ ਨੇ, ਜਿੱਥੇ ਸਾਰੀ ਰਾਤ ਲਗਾਤਾਰ ਪੇਰਨੀ ਦੇ ਵਿੱਚ ਸਰਕਾਰ ਵੱਲੋਂ ਖਰੀਦੀ ਕਰੋੜਾਂ ਦੀ ਕਣਕ ਪਾਣੀ ਦੇ ਵਿੱਚ ਤਰ ਹੁੰਦੀ ਰਹੀ ਅਤੇ ਹੁਣ ਇਸ ਗਿੱਲੀ ਹੋਈ ਕਣਕ ਦੀਆਂ ਬੋਰੀਆਂ ਨੂੰ ਮਜ਼ਦੂਰਾਂ ਵੱਲੋਂ ਚੁੱਕ ਕੇ ਸੁੱਕੀ ਜਗ੍ਹਾ ਰੱਖਿਆ ਜਾ ਰਿਹਾ ਤਾਂ ਕਿ ਕਣਕ ਦਾ ਕੁਝ ਬਚਾਅ ਹੋ ਸਕੇ। ਆੜ੍ਹਤੀਆਂ ਦੇ ਵੱਲੋਂ ਜਿੰਨਾ ਹੋ ਸਕਿਆ ਬੋਰੀਆਂ ਅਤੇ ਟੇਰੀਆਂ ਨੂੰ ਤਰਪਾਲਾਂ ਨਾਲ ਢੱਕਿਆ ਗਿਆ, ਪਰੰਤੂ ਮੰਡੀ ਦੇ ਵਿੱਚ ਲਿਫਟਿੰਗ ਦੀ ਰਫ਼ਤਾਰ ਬਹੁਤ ਸੁਸਤ ਹੋਣ ਕਾਰਨ ਵੱਡੀ ਗਿਣਤੀ ਦੇ ਵਿੱਚ ਪਈਆਂ ਬੋਰੀਆਂ ਅਤੇ ਤਰਪਾਲਾਂ ਪੂਰੀਆਂ ਨਾ ਹੋ ਸਕੀਆਂ, ਜਿਸ ਕਾਰਨ ਰਾਤੀ ਮੀਂਹ ਦੇ ਵਿੱਚ ਕਈ ਘੰਟੇ ਖੁੱਲ੍ਹੇ ਆਸਮਾਨ ਥੱਲੇ ਸਰਕਾਰ ਦੀ ਕਰੋੜਾਂ ਰੁਪਏ ਦੀ ਕਣਕ ਪਾਣੀ ਦੇ ਵਿੱਚ ਤਰ ਹੁੰਦੀ ਰਹੀ। ਤੁਸੀਂ ਵੀ ਦੇਖੋ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਜ਼ੀਰੋ ਲਾਈਨ ਟੀਵੀ ਦੇ ਲਈ ਰਿਪੋਰਟ। ਬਾਪੂ ਜੀ, ਸਾਰੀ ਰਾਤ ਮੀਂਹ ਪਿਆ, ਕੀ ਹਾਲਾਤ ਰਹੇ ਰੋਪੜ ਮੰਡੀ ਦੇ ਜੀ? ਰੋਪੜ ਮੰਡੀ ਦਾ ਹਾਲ ਬਹੁਤ ਬੁਰਾ ਹਾਲ ਹੈ ਜੀ। ਆਲੇ ਦੁਆਲੇ ਪਾਣੀਓ ਪਾਣੀ ਫਿਰਦਾ, ਸਾਰੀ ਰਾਤ ਮੀਂਹ ਪੈਂਦਾ ਰਿਹਾ, ਸਾਰੀਆਂ ਕਣਕਾਂ ਨੰਗੇ। ਆੜ੍ਹਤੀ ਨੇ ਕੋਸ਼ਿਸ਼ ਕਰੀ ਢੱਕਣ ਦੀ, ਢੱਕੀਆਂ ਵੀ ਹੈ ਪਰ ਮੀਂਹ ਇੰਨਾ ਪਿਆ, ਸਾਰਾ ਕਣਕਾਂ ਥੱਲੇ ਵੀ ਪਾਣੀ ਫਿਰ ਗਿਆ, ਉੱਪਰ ਵੀ ਪਾਣੀ ਫਿਰ ਗਿਆ। ਕਿਸਾਨ ਨੂੰ ਤਾਂ ਕਹਿੰਦੇ ਤੁਸੀਂ ਸੁੱਕੀ ਲਿਆਓ, 12 ਪਹਿਲੇ ਵਾਲੀ ਲਿਆਓ, ਪ੍ਰੈਸ਼ਰ ਲਿਆਓ, ਤਾਂ ਹੁਣ ਇੱਥੇ ਦੇਖੋ ਮੰਡੀ ਦੇ ਵਿੱਚ ਕਿੰਨਾ ਪਰ ਕਿੰਨੇ ਪਰ ਕਿੱਥੇ ਪਹੁੰਚੀ, ਸਾਰੀ ਗਿੱਲੀ ਹੋਈ ਪਈ ਹੈ। ਇਹ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਲਿਫਟਿੰਗ ਦੀ, ਕਿਸਾਨ ਰੌਲਾ ਪਾਈ ਜਾਂਦੇ ਆ, ਆੜ੍ਹਤੀ ਰੌਲਾ ਪਾਈ ਜਾਂਦੇ ਆ, ਕੋਈ ਲਿਫਟ ਦਾ ਅਰੇਂਜਮੈਂਟ ਕੋਈ ਨਹੀਂ ਹੈ, ਬਹੁਤ ਘੱਟ ਅਰੇਂਜਮੈਂਟ ਹੁੰਦੀ ਆ ਬਈ। ਸਾਰਾ ਜਿਹੜਾ ਇਲਾਜ ਆ ਹੁਣ ਮੰਡੀ ਦੇ ਵਿੱਚ ਪਾਣੀ ਗੱਲ ਭਿੱਜਿਆ ਪਿਆ, ਬਹੁਤ ਬੁਰਾ ਹਾਲ ਆ, ਕਿਸਾਨ ਹੈਰਾਨ ਹੋ ਰਿਹਾ, ਢੇਰੀਆਂ ਉੱਕਣੇ ਪਈਆਂ ਕਿਸਾਨਾਂ ਦੀਆਂ। ਆੜ੍ਹਤੀ ਕੋਸ਼ਿਸ਼ ਕਰ ਰਿਹਾ ਢੱਕਣ ਦੀ ਉਹਨਾਂ ਦੀ, ਪਰ ਢੱਕੀ ਵੀ ਕਿੰਨੀਆਂ ਕੁ ਜਾਵੇ, ਉਹ ਹਨੇਰੀ ਨੇ ਆੜ੍ਹਤੀਆਂ, ਕੋਈ ਤਰਪਾਲਾਂ ਤਾਰਤੀਆਂ, ਫਿਰ ਭਿੱਜੀਆਂ ਬੋਰੀਆਂ ਬਾਰੀਆਂ ਦੀਆਂ, ਸਾਰੇ ਹੀ ਬਹੁਤ ਬੁਰਾ ਹਾਲ ਆ ਪਿੰਡੀ ਦੇ ਵਿੱਚ। ਸਰਕਾਰ ਦੇ ਕੋਈ ਅਰੇਂਜਮੈਂਟ ਕੋਈ ਸਹੀ ਨਹੀਂ ਹੈਗੇ, ਬਿਆਨੇ ਦਿੰਦੇ ਆ ਸਰਕਾਰ ਅਖਬਾਰ ਦੇ ਵਿੱਚ, ਇਹ ਟੀਵੀ ਦੇ ਵਿੱਚ ਬੋਲੀ ਜਾਂਦੇ ਹਾਂ ਅਸੀਂ, ਇੰਨੇ ਘੰਟੇ ਪੇਮੈਂਟਾਂ ਨਹੀਂ ਕੋਈ ਸਵਾਰ ਕੇ ਚਾਲੂ ਹੋਈਆਂ, ਅਜੇ ਕਿਸਾਨ ਨੂੰ ਤਕਰੀਬਨ 20 ਦਿਨ ਹੋ ਗਏ ਕਣਕ ਵਿਕਦੀ ਨੂੰ, ਅਜੇ ਕਿਸਾਨਾਂ ਨੂੰ ਪੇਮੈਂਟ ਮਿਲਣੀ ਨਹੀਂ, ਨੱਠੇ ਫਿਰਦੇ ਕਿਸਾਨ ਨੂੰ। ਆੜ੍ਹਤੀ ਤਾਂ ਕਿੱਥੇ ਦੇਵੇ, ਅੱਗੇ ਆੜ੍ਹਤੀ ਮਾੜਾ ਮੋਟਾ ਹੇਠ ਉੱਪਰ ਕਰਕੇ ਹਰੇਕ ਕਿਸਾਨ ਦਾ ਥੋੜ੍ਹਾ ਬਹੁਤ ਸਾਰ ਦਿੰਦਾ, ਤਾਂ ਹੁਣ ਆੜ੍ਹਤੀ ਕਿਤੇ ਸਾਰੇ ਦਾ ਪੈਸਾ ਕਿਸਾਨਾਂ ਦੇ ਖਾਤੇ ਜਾਣਾ, ਆੜ੍ਹਤੀ ਕੋਲ ਕਿਹੜੇ ਆਉਣਾ ਪੈਸਾ ਇਹ। ਹੁਣ ਕਿਸਾਨ ਇੱਥੇ ਆ ਕੇ ਆੜ੍ਹਤੀ ਦੀ ਗੱਲ ਪੈਂਦੀ, ਸਾਨੂੰ ਪੇਮੈਂਟ ਦਿਓ, ਸਾਨੂੰ ਆੜ੍ਹਤੀ ਕਿੱਥੇ ਰੁਪਏ ਪੇਮੈਂਟ ਉਹਨਾਂ ਨੂੰ। ਕਿਸਾਨ ਹੈਰਾਨ ਹੋ ਰਿਹਾ ਬਹੁਤ, ਸਾਰੀ ਜਿਹੜੀ ਸਰਕਾਰ ਦੀ ਅਣਗਹਿਲੀ ਆ ਇਹ, ਜਿਹੜੇ ਰੇਟ ਕਾਨੂੰਨ ਪਾਸ ਕਰ ਦਿੰਦੇ ਆ, ਨਾ ਕਿਸਾਨ ਨੂੰ ਪੁੱਛਣਾ, ਨਾ ਕਿਸੇ ਦੀ ਸਲਾਹ ਕਰਨੀ, ਆਪਣੀ ਮਰਜ਼ੀ ਦੇ ਉੱਪਰ ਬੈਠੇ ਸੋਪ ਦਿੰਦੇ ਆ ਆਪਣੇ ਕਾਨੂੰਨ, ਪਰ ਭੁਗਦਾ ਕਿਸਾਨ ਵਾਲਾ। ਸਰ, ਦੇਰ ਰਾਤ ਜਿਹੜਾ ਬਾਰਿਸ਼ ਪੈਂਦੀ ਰਹੀ ਸਾਰੀ ਰਾਤ, ਕੀ ਹਾਲਾਤ ਰਹੇ ਮੰਡੀ ਦੇ ਜੀ? ਮੰਡੀ ਦਾ ਦੇਖੋ ਜੀ, ਜਿਹੜੀ ਹਵਾ ਚੱਲਦੀ ਰਹੀ ਉਹਦੇ ਨਾਲ ਤਰਪਾਲਾਂ ਵੀ ਉੱਡ ਗਈਆਂ, ਬਾਕੀ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਾਂ ਵੀ ਜਿਹੜੀ ਲਿਫਟਿੰਗ ਦਾ ਕੰਮ ਬਹੁਤ ਮਾੜੇ ਪੱਧਰ 'ਤੇ ਚੱਲ ਰਿਹਾ ਹੈ, ਇਹ ਪਤਾ ਨਹੀਂ ਸਰਕਾਰ ਦੇ ਕੰਨ 'ਤੇ ਜੂਨੀ ਸਰਕੀ ਹੈਗੀ, ਸਾਰੀ ਮੰਡੀ ਦੇ ਵਿੱਚ ਤੁਹਾਡੇ ਸਾਹਮਣੇ ਹੀ ਹੈਗਾ ਹੈ ਜੀ, ਪਾਣੀ ਸਾਰੀਆਂ ਬੋਰੀਆਂ 'ਤੇ ਥੱਲੇ ਨੂੰ ਘੁੰਮ ਗਿਆ, ਲੇਬਰਾਂ ਤੰਗ ਹੋ ਗਈਆਂ ਸਾਡੀਆਂ, ਅਸੀਂ ਹੁਣ ਢਾਂਕਾ ਲੱਗੇ ਹੋਏ ਹਾਂ ਜੀ ਲਵਾਉਣ, ਫਿਰ ਇੰਨੇ ਸਾਡੇ ਕੋਲ ਕਰੇਟ ਵੀ ਨਹੀਂ ਹੈਗੇ ਜੀ, ਕਿਉਂਕਿ ਜਿਹੜਾ ਕਰੇਟ ਹੈਗਾ ਹੈ ਇਹ ਲੱਕੜ ਦਾ ਜਿਹੜਾ ਹੈਗਾ ਜੀ, ਇਹ ਵੀ ਆੜ੍ਹਤੀ ਤਾਂ ਬਣਾ ਹੀ ਨਹੀਂ ਸਕਦੇ ਹੈਗੇ, ਜਿਹੜੇ ਤਕੜੇ ਆੜ੍ਹਤੀ ਹੈਗੇ ਆ ਉਹਨਾਂ ਨੇ ਤਾਂ ਮਿਲ ਗਿਲ ਕੇ ਕਰੇਟ ਚੱਕ ਕੇ ਰੱਖੇ ਹੋਏ ਆ, ਜਿਹੜੇ ਮਾੜੇ ਆੜ੍ਹਤੀ ਹੈਗੇ ਆ ਉਹਨਾਂ ਖਾਤਰ ਤਾਂ ਕਰੇਟਾਂ ਦੀ ਵੀ ਬਹੁਤ ਸਮੱਸਿਆ ਹੋ ਜਾਂਦੀ ਹੈ ਜੀ, ਉਹ ਵੀ ਕਿੱਥੇ ਦੇ ਕਰੇਟ ਪੂਰੇ ਕਰ ਸਕਦੇ ਹੈਗੇ ਆ, ਪਰ ਲੱਗੇ ਹੋਏ ਹਾਂ ਜੀ ਅਸੀਂ ਤਾਂ ਕਿ ਇਸ ਟਾਈਮ ਜਿਹੜਾ ਹੈਗਾ ਹੈ ਜੇ ਹੋਰ ਨਾ ਮੀਂਹ ਪਿਆ ਫਿਰ ਤਾਂ ਇਹਦਾ ਕੋਈ ਨੁਕਸਾਨ ਨਹੀਂ ਜੀ ਹੈਗਾ, ਅਗਰ ਹੋਰ ਬਾਰਿਸ਼ ਪੈਂਦੀ ਹੈਗੀ ਆ ਤਾਂ ਇਹ ਥੱਲੇ ਦੇ ਬੋਰੀਆਂ ਫਿਰ ਗਲ ਜਾਂਦੀਆਂ ਹੁੰਦੀਆਂ ਜੀ। ਸਰ, ਕਿਸਾਨਾਂ ਨੂੰ ਤਾਂ 12% ਨਵੀਂ ਤੈਅ ਕੀਤੀ ਹੋਈ ਆ, ਪਰ ਜਿਹੜੀ ਸਾਰੀ ਰਾਤ ਕਣਕ ਤਰ ਹੁੰਦੀ ਰਹੀ ਮੀਂਹ ਦੇ ਵਿੱਚ, ਇਹਦਾ ਜ਼ਿੰਮੇਵਾਰ ਕੌਣ ਆ ਜੀ? ਇਹਦਾ ਜ਼ਿੰਮੇਵਾਰ ਤਾਂ ਹੁਣ ਜੇ ਆੜ੍ਹਤੀ ਆ ਉਹ ਵੀ ਨਹੀਂ ਬਾਹਰ ਨਿਕਲ ਸਕਦਾ ਹੈਗਾ, ਸੰਬੰਧਿਤ ਏਜੰਸੀਆਂ ਵੀ ਨਹੀਂ ਬਾਹਰ ਨਿਕਲਦੀਆਂ ਹੈਗੀਆਂ, ਸਰਕਾਰ ਵੀ ਨਹੀਂ ਇਸ ਚੀਜ਼ ਤੋਂ ਮੁਨਕਰ ਹੋ ਸਕਦੀ ਹੈਗੀ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ, ਪਰ ਜਦ ਜ਼ਿਮੀਂਦਾਰਾਂ ਦੀ ਫਸਲ ਹੁੰਦੀ ਆ, ਜਦ ਕੁਛ ਇਹਨਾਂ ਦਾ ਹੋਰ ਹੁੰਦਾ ਹੈ, ਜਦ ਇਹਨਾਂ ਦੇ ਆਪਣੇ ਪਰ ਆ ਜਾਂਦੀ ਆ ਫਿਰ ਇਹ ਚੁੱਪ ਧਰ ਕੇ ਬਹਿ ਜਾਂਦੇ ਆ ਜੀ। ਹੁਣ ਇਹਦੀ ਕਿੰਨੇ ਫੀਸਦੀ ਨਵੀਂ ਹੋ ਚੁੱਕੀ ਹੈ ਕਿ ਹੁਣ ਖਰੀਦ ਏਜੰਸੀਆਂ ਕੀਮਤ ਲੈਣਗੀਆਂ? ਇਹ ਸਾਨੂੰ ਜੀ ਸਾਰਾ ਕੁਛ ਸੁਕਾ ਕੇ ਦੇਣਾ ਪਊਗਾ ਜੀ ਏਜੰਸੀਆਂ ਨੂੰ, ਹਾਂਜੀ 1-2 ਦਿਨ ਦੇ ਵਿੱਚ ਹੁਣ ਇਹਨੂੰ ਹਵਾ ਲੱਗੂਗੀ ਜੀ, ਫਿਰ ਇਹ ਸੁੱਕ ਜੂਗਾ ਜੀ, ਅਸੀਂ ਢਾਂਕਾਂ ਲਾ ਰਹੇ ਹਾਂ ਜੀ ਸਾਰੀਆਂ। ਵੈਸੇ ਕਾਰਨ ਕੀ ਮੰਨਦੇ ਹੋ, ਜਿਹੜਾ ਬਰਬਾਦ ਹੋ ਰਹੀ ਸਰਕਾਰੀ ਖਰੀਦ ਹੋਣ ਦੇ ਬਾਵਜੂਦ ਬਰਬਾਦ ਹੋ ਰਹੀ, ਕਾਰਨ ਕੀ ਇਹਦੇ ਪਿੱਛੇ? ਕਾਰਨ ਸਮਝ ਨਹੀਂ ਜੀ ਲੱਗਦੀ ਹੈ ਕਿ ਸਾਨੂੰ ਤਾਂ ਜੀ ਆਹ ਦੇਖ ਲਓ ਮੇਰੇ ਕੋਲ 3-4 ਢੇਰੀਆਂ ਵੀ ਪਈਆਂ ਹੈਗੀਆਂ, ਇੰਸਪੈਕਟਰ ਸਾਹਿਬ ਕਹਿੰਦੇ ਬਾਰਦਾਨਾ ਹੈ ਨਹੀਂ, ਨਾ ਮੁੜ ਕੇ ਕੋਈ ਸੰਬੰਧ ਏਜੰਸੀ ਵਾਲਾ ਫੋਨ ਚੱਕਦਾ ਹੈਗਾ ਏ, ਪਰਸੋਂ ਅਫਸਰ ਸਾਹਿਬਾਨ ਵੀ ਆਏ ਤੇ ਉਹ ਕਹਿ ਕੇ ਗਏ ਤੇ ਵੀ ਹਰ ਹਾਲਤ ਦੇ ਵਿੱਚ ਜਿਹੜੀ ਕੱਲ੍ਹ ਬੀਤਗੀ ਬਾਰਦਾਨਾ ਆਜੂਗਾ ਜੀ, ਪਰ ਆ ਸਾਰੀ ਮੰਡੀ ਦੇ ਵਿੱਚ ਦੇਖ ਲਓ ਜੀ ਤੁਸੀਂ ਮੇਰੇ ਪਾਸ ਢੇਰੀਆਂ ਪਈਆਂ ਜੀ, ਕੋਈ ਬਾਰਦਾਨਾ ਨਹੀਂ ਜੀ ਦਿੱਤਾ ਹੈਗਾ, ਕਹਿੰਦੇ ਆਇਆ ਨਹੀਂ ਜੀ ਹੈਗਾ ਹਾਲ ਤੱਕ। ਲਿਫਟਿੰਗ ਵੀ ਮੰਨਦੇ ਹੋ ਕਾਰਨ? ਲਿਫਟਿੰਗ ਵੀ ਹੈਗੀ ਆ ਜੀ, ਇਹੀ ਕਾਰਨ ਆ ਜੀ ਲਿਫਟਿੰਗ ਦਾ ਵੀ।
क्योंकि जो ठेकेदारी सिस्टम हैगा ये आने वाले टाइम के तंग करके ही इन्होंने जिमींदारों इस चीज़ के विचते कढ़ना चाहते हैं, यही कारण बनता है जी। मतलब पर बीती रात बारिश हुई है, पूरी मंडी के कणक तर होंगी रही तो किसानों को कहते 12% तो वह असी नवी वाली कणक नहीं लैनी, किमें देखते हो? यही सच्चाई है जी, तुम गल कर रहे हो किसी मंडी चले जाओ क्योंकि लिफ्टिंग तो हो ही नहीं रही, तो बहुत मंडिया के शैड नहीं है, जो शैड है तो बहुत छोटा, सारी खुले समान पई है, तरपाला है नहीं, और एड्डी सोहनी क्वालिटी की कणक जो जिमीदार लैके आया से सोना वो इतने जी है रुल के भिज के खराब हो रही है, वह जिम्मेवार कौन है? ये सरकारी जिम्मेवार। थैंक यू।